ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਮੈਂ ਸੁਖਨਾਪ ਸਿੰਘ ਸਿੱਧੂ ਅੱਜ ਹਾਜ਼ਰ ਹਾਂ ਅੱਜ ਤੋਂ 5 ਬਰੇ ਪਹਿਲਾਂ ਵੀ ਅਸੀਂ ਹਾਜ਼ਰ ਸੀ ਅਸੀਂ ਕੁਝ ਘਟਨਾਵਾਂ ਦੇ ਚਸ਼ਮਦੀਦ ਗਵਾਹ ਸੀ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ 13 ਤਰੀਕ ਨੂੰ ਪੂਰੀ ਅੱਗ ਪੰਜਾਬ ਦੇ ਵਿੱਚ ਮੱਚੀ ਖਾਸ ਕਰਕੇ ਮਾਲਵਾ ਵੈਲਟ ਦੇ ਵਿੱਚ ਕਿਉਂਕਿ ਬਰਗਾੜੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖੰਡਿਤ ਸਰੂਪ ਉਹਨਾਂ ਦੇ ਅੰਗ ਮਿਲੇ ਸੀ ਪਿੰਡ ਬੁਰਜ ਜਵਾਰ ਸਿੰਘ ਵਾਲਾ ਜਿਹੜਾ ਬਰਗਾੜੀ ਦੇ ਨਾਲ ਹੈ ਉੱਥੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੁੰਦਾ ਔਰ ਉਸ ਨੂੰ ਬਾਅਦ ਦੇ ਵਿੱਚ ਗਲੀਆਂ 'ਚ ਖਿਲਾਰਿਆ ਜਾਂਦਾ ਹੈ ਉਸ ਤੋਂ ਪਹਿਲਾਂ ਇਸ਼ਤਿਹਾਰ ਹੈ ਜਿਹੜੇ ਉਹ ਬਹੁਤ ਸਾਰੇ ਲੋਕਾਂ ਨੇ ਪੜ੍ਹੇ ਸੀ ਕਹਿੰਦੇ ਸੀ ਕਿ ਇੱਕ ਵਿਜ਼ੂਅਲ ਜਿਹੜਾ ਹੈ ਸੀਸੀਟੀਵੀ ਕੈਮਰੇ ਦੀ ਵੀਡੀਓ ਫੁਟੇਜ ਉਹ ਵੀ ਸਾਹਮਣੇ ਆਈ ਸੀ ਉਦੋਂ ਦੀਆਂ ਏਜੰਸੀਆਂ ਉਦੋਂ ਦੀ ਸਰਕਾਰ ਨੇ ਨਾ ਇਲੀਅਤ ਤੇ ਗੁਰੂ ਗ੍ਰੰਥ ਸਾਹਿਬ ਦੇ ਉਹ ਲਾਪਤਾ ਹੋਏ ਸਰੂਪ ਲੈ ਨਹੀਂ ਜਾ ਸਕੇ ਹਾਸਲ ਨਾ ਕੀਤੇ ਜਾ ਸਕੇ ਲੱਭੇ ਨਾ ਜਾ ਸਕੇ ਬਾਅਦ ਵਿੱਚ ਜਦੋਂ ਅਗਲਾ ਨੇ ਆਪਦਾ ਕੰਮ ਕਰਿਆ ਉਹ ਪੱਤਰੇ ਗਲੀਆਂ ਦੇ ਵਿੱਚ ਖਿਲਾਰੇ ਤਾਂ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਰੋਸ ਹੈ ਜਿਹੜਾ ਉਹ ਉੱਠਣਾ ਸੁਭਾਅਕ ਸੀ ਵੱਡੇ ਪੱਧਰ ਦੇ ਉੱਤੇ ਉਹ ਰੋਸ ਫੈਲਿਆ ਤੇ ਉਸ ਸਥਾਨ ਤੇ ਫੈਲਣਾ ਤਾਂ ਨਿਸ਼ਚਿਤ ਹੀ ਸੀਗਾ ਜਿੱਥੇ ਇਹ ਘਟਨਾ ਵਾਪਰੀ ਸੀ ਬਰਗਾੜੀ ਦੇ ਵਿੱਚ ਪ੍ਰਦਰਸ਼ਨ ਹੋਣੇ ਸ਼ੁਰੂ ਹੋਏ ਮੈਂ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਕਰਦਾ ਤੇ ਉਹਨਾਂ ਪ੍ਰਦਰਸ਼ਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਵੱਡੀ ਤਦਾਦ ਦੇ ਵਿੱਚ ਸਿੱਖ ਸੰਗਤ ਆਈ ਹੋਰ ਭਾਈਚਾਰਿਆਂ ਦੇ ਲੋਕਾਂ ਨੇ ਵੀ ਸਾਥ ਦਿੱਤਾ ਅ ਫਿਰ 13 ਤਰੀਕ ਹੈ ਫਤਿਹਗੜ੍ਹ ਸਾਹਿਬ ਤੋਂ ਦੋ ਘਟਨਾਵਾਂ ਜਿਹੜੀਆਂ ਬੜੀਆਂ ਮੰਦ ਭਾਗੀਆਂ ਮਿਲਦੀਆਂ ਸਹਿਜ ਵੀਰ ਸਿੰਘ ਨਾਂ ਦਾ ਇੱਕ ਨੌਜਵਾਨ ਪਿੰਡ ਜੱਲਾ ਦੇ ਗੁਰਦੁਆਰੇ ਦੇ ਵਿੱਚ ਜਾਂਦਾ ਹੈ ਬਾਅਦ ਚ ਪਤਾ ਲੱਗਦਾ ਹੈ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਕੁਝ ਪੱਤਰੇ ਉਹਨਾਂ ਨੇ ਪਾੜੇ ਫਿਰ ਇੱਕ ਹੋਰ ਪਿੰਡ ਹੈ ਤਰਖਾਨ ਮਾਜਰਾ ਉੱਥੇ ਜਾਂਦਾ ਹੈ ਗ੍ਰੰਥੀ ਨੂੰ ਕਹਿੰਦਾ ਹੈ ਕਿ ਗੁਰਦੁਆਰਾ ਖੁੱਲੋ ਮੈਂ ਮੱਥਾ ਟੇਕਣਾ ਦਰਬਾਰ ਸਾਹਿਬ ਨੂੰ ਅਕਸਰ ਤਾਲਾ ਲਾਇਆ ਹੁੰਦਾ ਔਰ ਜਦੋਂ ਤੋਂ ਇਹ ਬੇਅਦਬੀਆਂ ਦੀਆਂ ਘਟਨਾਵਾਂ ਵਾਪਰਨ ਲੱਗੀਆਂ ਸੀ ਉਸ ਤੋਂ ਬਾਅਦ ਬਹੁਤ ਸਾਰੇ ਧਾਮਾਂ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਉਹ ਦਰਬਾਰ ਸਾਹਿਬ ਨੂੰ ਜਾਂ ਸੱਚਖੰਡ ਨੂੰ ਤਾਲਾ ਲਾਇਆ ਜਾਂਦਾ ਸੀ ਉਹ ਨੌਜਵਾਨ ਉਸ ਗੁਰੂ ਘਰ ਚ ਵੀ ਜਦੋਂ ਪਹੁੰਚਦਾ ਉੱਥੇ ਵੀ ਬੇਅਦਬੀ ਹੁੰਦੀ ਹੈ ਉਹੀ ਕਰਦਾ ਹੈ ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ ਹੈ ਗ੍ਰੰਤੀ ਸਿੰਘ ਮਨਾਦੀ ਕਰ ਦਿੰਦਾ ਸਪੀਕਰ 'ਚ ਬੋਲ ਦਿੰਦਾ ਤੇ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਆ ਉਹ ਇਕੱਠੇ ਹੋ ਕੇ ਉਹਨੂੰ ਘੇਰਦੇ ਆ ਕੁੱਟਮਾਰ ਕਰਦੇ ਆ ਉਸਦੇ ਬਾਪ ਨੂੰ ਵੀ ਬੁਲਾ ਲਿਆ ਜਾਂਦਾ ਕਿ ਆ ਤੁਹਾਡੇ ਪੁੱਤ ਨੇ ਆ ਚੰਨ ਚਾੜਤਾ ਉਸ ਘਟਨਾ ਤੇ ਇਸ ਘਟਨਾ ਦਾ ਮੌਕਾ ਮੇਲ ਇਹ ਹੈ ਕਿ ਦੋਨੇ ਇੱਕੋ ਦਿਨ ਵਾਪਰਦੀਆਂ 5 ਸਾਲਾਂ ਦੇ ਵਕਫੇ ਬਾਅਦ ਵਾਪਰਦੀਆਂ ਤੇ ਇੱਕ ਵੱਡੀ ਗੱਲ ਹੋਰ ਜਿਹੜੀ ਇਸ ਚੀਜ਼ ਨਾਲ ਜੁੜੀ ਹੈ ਉਦੋਂ ਪੰਜਾਬ ਦੇ ਕਿਸਾਨ ਕੁਛ ਮੰਗਾਂ ਨੂੰ ਲੈ ਕੇ ਸੜਕਾਂ ਤੇ ਸੀ ਰੇਲ ਆਵਾਜਾਈ ਉਦੋਂ ਵੀ ਠੱਪ ਸੀ ਅੱਜ ਵੀ ਠੱਪ ਹੈ ਕਿਸਾਨ ਅੱਜ ਵੀ ਜਿਹੜੇ ਖੇਤੀ ਵਿਰੋਧੀ ਆਰਡੀਨੈਂਸਸ ਆ ਇਹਨਾਂ ਨੂੰ ਲੈ ਕੇ ਸੜਕਾਂ ਦੇ ਉੱਤੇ ਨੇ ਰੇਲ ਪਟੜੀਆਂ ਤੇ ਆ ਘਰਾਂ ਚ ਕਿਸਾਨ ਨਹੀਂ ਜਿਹੜਾ ਨੂੰ ਖੇਤਾਂ ਚ ਹੋਣਾ ਚਾਹੀਦਾ ਸੀ ਅੱਜ ਕੱਲ ਉਹ ਧਰਨਿਆਂ ਤੇ ਆ ਤੇ ਅੱਜ ਫੇਰ ਇਹ ਸਾਰਾ ਕੁਝ ਵਾਪਰਿਆ ਤੁਸੀਂ ਦੇਖੋ ਇਹ ਮੌਕਾ ਮੇਲ ਹੈ ਗੀਣੀ ਮਿੱਥੀ ਸਾਜ਼ਿਸ਼ ਹੈ ਕੀ ਕਹਾਣੀ ਹੈ ਇਹਦੇ ਪਿੱਛੇ ਇੱਕ ਤਾਂ ਇਹ ਬਹੁਤ ਵੱਡੀ ਗੱਲ ਹੈ ਹੁਣ ਜਿਹੜਾ ਸਹਿਜਵੀਰ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਜੀ ਕਿ ਉਹ ਨਸ਼ੇੜੀ ਹੈ ਜਿੰਨੇ ਵਿਅਕਤੀ ਹੁਣ ਤੱਕ ਕਈ ਘਟਨਾਵਾਂ ਵਾਪਰੀਆਂ ਕਿਉਂਕਿ ਬਰਗਾੜੀ ਕਾਂਡ ਜਦੋਂ ਵਾਪਰਿਆ ਨਾ ਉਸ ਤੋਂ ਬਾਅਦ ਲਗਾਤਾਰ ਤੁਸੀਂ ਦੇਖਿਆ ਬਹੁਤ ਥਾਵਾਂ ਦੇ ਉੱਤੇ ਧਾਰਮਿਕ ਗ੍ਰੰਥ ਚਾਹੇ ਉਹ ਸਿੱਖ ਧਰਮ ਨਾਲ ਸੰਬੰਧਤ ਹੋਣ ਮੁਸਲਮ ਧਰਮ ਨਾਲ ਸੰਬੰਧਤ ਹੋਣ ਜਾਂ ਕਿਸੇ ਹੋਰ ਨਾਲ ਸੰਬੰਧਤ ਹੋਣ ਉਹਨਾਂ ਦੀ ਵਿਅਦਵੀ ਦਾ ਦੌਰ ਚੱਲਿਆ ਕਿਉਂਕਿ ਸਾਡੇ ਜਜ਼ਬਾਤ ਜੁੜੇ ਹੁੰਦੇ ਆ ਇਹਦੇ ਪਿੱਛੇ ਕਹਾਣੀਆਂ ਕੀ ਆ ਉਹ ਤਾਂ ਕਲੀਅਰ ਵੀ ਐ ਤੇ ਕੁਝ ਕੁ ਕਲੀਅਰ ਕਰਨੀਆਂ ਔਖੀਆਂ ਵੀ ਐ ਪਰ ਲੋਕ ਉੱਥੇ ਜਜ਼ਬਾਤੀ ਹੁੰਦੇ ਆ ਉਹਨਾਂ ਗੱਲਾਂ ਨੂੰ ਉਹ ਆਪਦੇ ਧਰਮ ਨਾਲ ਜੋੜ ਕੇ ਆਪਦੇ ਹਿਰਦੇ ਨਾਲ ਜੋੜ ਕੇ ਦੇਖਦੇ ਆ ਆਪਦੇ ਇਸਤ ਨਾਲ ਜੋੜ ਕੇ ਦੇਖਦੇ ਆ ਪਰ ਜਿੱਥੇ ਫੇਰ ਸਵਾਲ ਖੜਾ ਹੋ ਜਾਂਦਾ ਕਿ 5 ਸਾਲਾਂ ਦੇ ਵਕਫੇ ਬਾਅਦ ਇਹ ਕੁਝ ਹੁੰਦਾ ਜਿੰਨੇ ਇੱਕ ਵਿਅਕਤੀ ਫੜੇ ਗਏ ਆ ਸਾਰੇ ਮਾਨਸਿਕ ਰੂਪ ਦੇ ਵਿੱਚ ਬਿਮਾਰ ਆ ਜਾਂ ਨਸ਼ੇੜੀ ਆ ਜਾ ਤ ਉਹਨੇ ਛੇੜੀਆਂ ਨੂੰ ਕੋਈ ਤਰ ਪ੍ਰਚਾਰਤ ਕਰਦੀ ਐ ਉਹਨਾਂ ਨੂੰ ਤਿਆਰ ਕਰਦੀ ਐ ਕਿ ਤੁਸੀਂ ਇਸ ਤਰੀਕੇ ਦਾ ਕੰਮ ਕਰਨਾ ਹੈ ਜਾਂ ਫਿਰ ਦੂਜਾ ਐਂਗਲ ਹੈ ਕਿ ਮਾਨਸਿਕ ਪੱਧਰ ਦੇ ਲੋਕ ਆ ਜਿਹੜੇ ਉਹ ਇਸ ਪਾਸੇ ਤੋਂ ਪਰ ਪੈਂਦੇ ਜਿਨ੍ਹਾਂ ਦਾ ਮਾਨਸਿਕ ਪੱਧਰ ਨਹੀਂਵਾ ਹੁੰਦਾ ਇਹ ਘਟਨਾਵਾਂ ਦੀ ਪਰਚੋਲ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਕਰਨੀ ਸੀ ਉਹਨਾਂ ਨੇ ਨਹੀਂ ਕੀਤੀ 14 ਅਕਤੂਬਰ 2115 ਦੀ ਜੇ ਗੱਲ ਕਰੀਏ ਤਾਂ ਉਦੋਂ ਸਵੇਰੇ 2 ਥਾਵਾ ਦੇ ਉੱਤੇ ਘਟਨਾ ਕਰਮ ਵਾਪਰਦਾ ਇੱਕ ਤਾਂ ਕੋੜਕਪੂਰਾ ਚੌਂਕ ਦੇ ਵਿੱਚ ਧਰਨਾ ਲੱਗਿਆ ਹੁੰਦਾ ਜਿੱਥੇ ਰਣਜੀਤ ਸਿੰਘ ਢੜਰੀਆਂ ਵਾਲੇ ਪੰਥਪ੍ਰੀਤ ਸਿੰਘ ਤੇ ਹੋਰ ਪੰਥਕ ਆਗੂ ਸ਼ਾਮਲ ਹੁੰਦੇ ਆ ਉਹ ਵੱਖਰੀ ਗੱਲ ਆ ਕਿ ਜਦੋਂ ਉਹ ਘਟਨਾਕਰਮ ਦੇ ਵਾਸਤੇ ਪ੍ਰਚਾਰ ਕੀਤਾ ਜਾਂਦਾ ਕਿ ਇੱਥੇ ਅਸੀਂ ਧਰਨਾ ਲਾਉਣਾ ਉਦੋਂ ਇਹ ਸੰਗਤ ਦੇ ਆਗੂ ਆ ਜਿਹੜੇ ਬੜੀ ਸਰਗਰਮੀ ਦੇ ਨਾਲ ਮੂਹਰੇ ਆਉਂਦੇ ਆ ਬਾਅਦ ਦੇ ਵਿੱਚ ਜਦੋਂ ਇਹ ਘਟਨਾਕਰਮ ਵਾਪਰ ਜਾਂਦਾ ਇਹ ਆਗੂਆਂ ਦੀ ਸਰਗਰਮੀ ਆ ਜਿਹੜੀ ਉਹ ਉਹੋ ਜਿਹੀ ਨਹੀਂ ਰਹਿੰਦੀ ਜਿਹੋ ਜਿਹੀ ਹੋਣੀ ਚਾਹੀਦੀ ਸੀ ਕਾਰਨ ਉਹ ਜਾਣਦੇ ਆ ਸਵਾਲ ਸਾਡੇ ਸਾਹਮਣੇ ਦੂਜੀ ਗੱਲ ਹੈ ਕਿ ਉੱਥੇ ਸਵੇਰੇ ਗੋਲੀ ਚਲਦੀ ਹੈ ਫਿਰ ਬਹਿਵਲ ਕਲਾਂ ਪਿੰਡ ਦੇ ਵਿੱਚ ਜਿਹੜਾ ਗੋਲੀ ਕਾਂਡ ਵਾਪਰਦਾ ਉੱਥੇ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ ਇੱਕ ਕ੍ਰਿਸ਼ਨ ਭਗਵਾਨ ਸਿੰਘ ਤੇ ਦੂਸਰਾ ਗੁਰਜੀਤ ਸਿੰਘ ਉਹ ਵਿਅਕਤੀਆਂ ਦੀ ਮੌਤ ਦੇ ਮਾਮਲੇ ਦੇ ਵਿੱਚ ਕਿੰਨਾ ਕੁਝ ਚੱਲਦਾ ਕਿੱਡੀ ਵੱਡੀ ਕਨਸਪਰੇਸੀ ਹੁਣ ਤੱਕ ਚੱਲ ਰਹੀ ਹੈ ਤਿੰਨ ਐਸਆਈਟੀ ਬਣ ਚੁੱਕੇ ਹਨ ਉਹਨਾਂ ਐਸਆਈਟੀ ਨੇ ਅੱਜ ਤੱਕ ਮੁੱਖ ਦੋਸ਼ੀ ਨਹੀਂ ਲੱਭੇ ਉਹਨਾਂ ਨੂੰ ਲੱਭੇ ਨਹੀਂ ਜਾਂ ਲੱਭਣੇ ਨਹੀਂ ਚਾਹੇ ਇਹ ਇੱਕ ਅਗਲਾ ਸਵਾਲ ਹੈ ਪਰ ਹਜੇ ਤੱਕ ਇਹਨਾਂ ਸਾਰੀਆਂ ਘਟਨਾਵਾਂ ਦਾ ਸੂਤਰ ਧਾਰਕ ਕੌਣ ਹੈ ਉਹ ਨਹੀਂ ਪਤਾ ਲੱਗ ਸਕਿਆ ਬਾਦਲੂ ਸਾਹਿਬ ਦੀ ਸਰਕਾਰ ਸੀ ਉਹ ਵੀ ਕਹਿੰਦੇ ਸੀ ਕਿਉਂਕਿ ਜਿਹੜੀ ਪੰਥਕ ਸਿਆਸਤਾਂ ਜਾਂ ਬਾਦਲ ਪਰਿਵਾਰ ਦੀ ਸਿਆਸਤਾਂ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਉਹ ਸਾਰੀ ਸਿੱਖ ਧਰਮ ਦੇ ਨੇੜੇ ਤੇੜੇ ਘੁੰਮਦੀ ਆ ਉਹਨਾਂ ਦੀ ਸਰਕਾਰ ਦੇ ਵੇਲੇ ਉਹਨਾਂ ਦੀ ਡੀਜੀਪੀ ਦੇ ਵੱਲੋਂ ਹੁਕਮ ਦਿੱਤੇ ਜਾਣੇ ਨਾਥੀ ਸੰਗਤ ਦੇ ਉੱਤੇ ਗੋਲੀਆਂ ਚਲਾਈਆਂ ਜਾਣੀਆਂ ਤੇ ਵੱਡੇ ਵੱਡੇ ਅਧਿਕਾਰੀਆਂ ਦੇ ਨਾਮ ਉਹਦੇ ਵਿੱਚ ਆ ਜਾਣੇ ਇੱਕ ਵੱਡਾ ਸਵਾਲ ਸੀ ਦੋਸ਼ੀ ਨਹੀਂ ਲੱਭੇ ਗਏ ਮੈਂ ਫੇਰ ਇੱਥੇ ਆਉਣਾ ਗੱਲ ਤੇ ਦੂਜੀ ਉਦੋਂ ਇਲੈਕਸ਼ਨ ਤਿਆਰ ਸੀ ਅਗਲੀ ਤੇ ਕੈਪਟਨ ਅਮਰਿੰਦਰ ਸਿੰਘ ਹੋ ਰਿਹਾ ਜਿਹੜੇ ਉਹ ਤਾਂ ਵਾਕਵਾ ਕਥਾਵਾਂ ਦੇ ਉੱਤੇ ਸੌਹਾ ਖਾਂਦੇ ਸੀ ਕਿਉਂਕਿ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਵੱਡੇ ਭਗਤ ਨੇ ਜਾਂ ਇਹ ਕलिए ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਸ਼ਰਧਾ ਉਹਨਾਂ ਦੇ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੇ ਹੋਰ ਵੀ ਥਾਵਾਂ ਦੇ ਉੱਤੇ ਉਹ ਆਪਦੇ ਆਪ ਨੂੰ ਇਹ ਦੱਸਦੇ ਵੀ ਹੈ ਕਿ ਸਿੱਖਾਂ ਦਾ ਜਿਹੜਾ ਚਿਹਰਾ ਮੋਹਰਾ ਅਸਲ 'ਚ ਤਾਂ ਮੈਂ ਹੀ ਆ ਪਰ ਉਹਨਾਂ ਦੀ ਸਰਕਾਰ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਦੋਸ਼ੀ ਨਹੀਂ ਲੱਭੇ ਗਏ ਉਹਨਾਂ ਨੇ ਵਿਧਾਨ ਸਭਾ 'ਚ ਮਤਾ ਵੀ ਪਾਇਆ ਉਹ ਸਾਰੀਆਂ ਚੀਜ਼ਾਂ ਹੋਈਆਂ ਵਿਰੋਧੀਆਂ ਨੂੰ ਗੁੱਠੇ ਲਾਇਨ ਲਾਉਣ ਦਾ ਯਤਨ ਵੀ ਕੀਤਾ ਗਿਆ ਹਜੇ ਤੱਕ ਉਹ ਕਾਰਵਾਈਆਂ ਉਵੇਂ ਹੀ ਚੱਲ ਰਹੀਆਂ ਨੇ ਕੁਝ ਕ ਨਾਮ ਉਹਦੇ 'ਚ ਨਾਮਜਦ ਹੋ ਜਾਂਦੇ ਆ ਮੁੱਖ ਦੋਸ਼ੀ ਨਹੀਂ ਲੱਭਿਆ ਜਾ ਰਿਹਾ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਲੋਕ ਹੁਣ ਜਾਂ ਸਿਆਸੀ ਮਾਰ ਹੈ ਉਹ ਇਹ ਸੋਚਣ ਲੱਗ ਗਏ ਨੇ ਕਿ ਇਹ ਸਾਰੇ ਦੀ ਸਾਰੀ ਸਿਆਸਤ ਤਾਂ ਨਹੀਂ ਕਿ ਇਸ ਮੁੱਦੇ ਦਾ ਹੱਲ ਹੀ ਨਾ ਕੀਤਾ ਜਾਵੇ ਇਲੈਕਸ਼ਨ ਉਦੋਂ ਵੀ ਸ਼ਾਇਦ ਫਾਇਦਾ ਮਿਲ ਗਿਆ ਹੋਵੇ ਹੁਣ ਵੀ ਸ਼ਾਇਦ ਫਾਇਦਾ ਮਿਲ ਜਾਵੇ ਇੱਕ ਵੱਖਰੀ ਗੱਲ ਹੋਰ ਹੈ ਕਿ ਜਿਹੜੀਆਂ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਮੰਗਰੋਂ ਲੋਕ ਸਭਾ ਚੋਣਾਂ ਆਈਆਂ 2019 ਦੀਆਂ ਅਸੀਂ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਇੱਥੇ ਬਹੁਤ ਵੱਡਾ ਨੁਕਸਾਨ ਹੋ ਜਾਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਅਕਾਲੀ ਦਲ ਬੜਾ ਕਸੂਤਾ ਕਰਿਆ ਸੀ ਉਹਦੇ ਕੁਝ ਆਗੂਆਂ ਦੇ ਨਾਮ ਉਸ ਦੇ ਵਿੱਚ ਨਾਮਜਦ ਸੀ ਐਸਆਈਟੀ ਦੇ ਵੱਲੋਂ ਕੀਤੇ ਗਏ ਔਰ ਦੂਸਰੇ ਪਾਸੇ ਇਹ ਵੀ ਗੱਲ ਸੀ ਕਿ ਅਕਾਲੀ ਦਲ ਤੇ ਸਿੱਧੇ ਦੋਸ਼ ਲੱਗਦੇ ਸੀ ਕਿ ਉਹਨਾਂ ਦੀ ਸਰਕਾਰ ਦੇ ਵੇਲੇ ਸਾਰਾ ਕੁਝ ਵਾਪਰਿਆ ਪਰ ਦੇਖੋ ਇਸ ਵੈਲਟ ਦੀਆਂ 2-3 ਸੀਟਾਂ ਸੀ ਜਿਹੜੀਆਂ ਮਾਲਵੇ ਦੀਆਂ ਉਹਨਾਂ ਦੇ ਵਿੱਚ ਉਹਨਾਂ ਦੀ ਬੜੀ ਵਧੀਆ ਕਾਰਗੁਜ਼ਾਰੀ ਰਹੀ ਫਿਰ ਕੀ ਮੰਨ ਕੇ ਚੱਲੀਏ ਕਿ ਅਕਾਲੀ ਦਲ ਨੂੰ ਉਹਦਾ ਨਫਾ ਹੋਇਆ ਜਾਂ ਨੁਕਸਾਨ ਹੋਇਆ ਬਠਿੰਡੇ ਵਾਲੀ ਸੀਟ ਹੈ ਜਿਵੇਂ ਮਰਜੀ ਜਿੱਤੀ ਵੀ ਬਹਾਦਰ ਸਿੰਘ ਮੁਰਤਕਰ ਬਾਦਲ ਹੋਰੇ ਜਿੱਤੇ ਫਿਰੋਜ਼ਪੁਰ ਵਾਲੀ ਸੀਟ ਹੈ ਸੁਖਵੀਰ ਸਿੰਘ ਬਾਦਲ ਹੋਰੇ ਜਿੱਤੇ ਕਿਉਂਕਿ ਅਕਾਲੀ ਦਲ ਨੇ ਦੋ ਹੀ ਸੀਟਾਂ ਦੇ ਉੱਤੇ ਜਿੱਤ ਹਾਸਲ ਕਰਨੀ ਸੀ ਔਰ ਯਤਨ ਸੀਗੇ ਔਰ ਜਿੱਥੇ ਲੱਗਦਾ ਸੀ ਕਿ ਬਾਕੀ ਸੀਟਾਂ ਦੇ ਉੱਤੇ ਅਕਾਲੀ ਦਲ ਤੀਜੇ ਚੌਥੇ ਥਾਂ ਤੇ ਰਹੂਗਾ ਇਹ ਜਿਹੜੀ ਸੀਟ ਆਪਾਂ ਜਦੋਂ ਦੇਖਦੇ ਆਂਗੇ ਫਰੀਦਕੋਟ ਵਾਲੀ ਜਿੱਥੇ ਬੇਅਦਬੀ ਕਾਹਨ ਹੋ ਕੇ ਹੋਇਆ ਹੋਵੇ ਜਿੱਥੇ ਇਹ ਲੱਗਦਾ ਹੋਵੇ ਕਿ ਬੜੇ ਕਸੂਤੇ ਹੀ ਘਰੇ ਨੇ ਅਕਾਲੀ ਦਲ ਵਾਲੇ ਉੱਥੇ ਵੀ ਉਹਨਾਂ ਨੂੰ ਵੋਟ ਵਾਝ ਜਾਂਦੀ ਹੈ ਕੀ ਇਹਨੂੰ ਸਿਆਸਤ ਨਾਲ ਜੋੜ ਕੇ ਦੇਖੀਏ ਇਹ ਇੱਕ ਵੱਡਾ ਹੋਰ ਸਵਾਲ ਹੈ ਮੈਂ ਸਵਾਲ ਹੀ ਛੱਡਨੇ ਆਂ ਜਵਾਬ ਨਹੀਂ ਹੈ ਇੱਕ ਇਹ ਕਿ ਜਦੋਂ ਗੁਰੂਗ੍ਰਾਂਸਾ ਦੀ ਬੇਅਦਬੀ ਹੁੰਦੀ ਹੈ 2015 ਦੇ ਵਿੱਚ ਘਟਨਾਕਰਮ ਵਾਪਰਦੇ ਆ ਉਦੋਂ ਦੋਸ਼ੀਆਂ ਦੀ ਥਾਂ ਦੇ ਉੱਤੇ ਉਹ ਲੋਕ ਫੜ ਲਏ ਜਾਂਦੇ ਆ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੰਡਤ ਪੇਜ ਸੰਭਾਲੇ ਸੀ ਪੰਜਗ੍ਰਾਈ ਪਿੰਡ ਦੇ ਦੋ ਸਕੇ ਭਰਾ ਦੋਵੇਂ ਸਕੇ ਭਰਾਵਾਂ ਨੂੰ ਪੁਲਿਸ ਨੇ ਬੇਤਹਾਸ਼ਾ ਤਸ਼ੱਦਦ ਕੀਤਾ ਉਹਨਾਂ ਕੇਸਾਂ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਚ ਉਹਨਾਂ ਦੀ ਸ਼ਮੂਲੀਅਤ ਨਹੀਂ ਸੀ ਲੋਕ ਸੜਕਾਂ ਤੇ ਆਏ ਸੰਗਤ ਨੇ ਧਰਨੇ ਮਜਾਰੇ ਕੀਤੇ ਤੇ ਫਿਰ ਕਿਤੇ ਜਾ ਕੇ ਉਹਨਾਂ ਦੀ ਖਲਾਸੀ ਹੋਈ ਪਰ ਉਹ ਨੌਜਵਾਨ ਆ ਜਿਹੜੇ ਹਲੇ ਤੱਕ ਚੰਗੀ ਤਰ੍ਹਾਂ ਤੁਰ ਨਹੀਂ ਸਕਦੇ ਕਿਉਂਕਿ ਪੁਲਿਸ ਬੇਅਦਬੀ ਦੇ ਦੋਸ਼ੀਆਂ ਦੀ ਭਾਲ ਦੇ ਵਿੱਚ ਉਹਨਾਂ ਦੀ ਕੁੱਟਮਾਰ ਕਰਦੀ ਰਹੀ ਸੋ ਘਟਨਾ ਕੀ ਹੁੰਦੀ ਆ ਤੋਰ ਕਿੱਧਰ ਨੂੰ ਦਿੱਤੀ ਜਾਂਦੀ ਆ ਇੱਕ ਇਸ ਸਾਰੇ ਘਟਨਾ ਕਰਮ ਦੇ ਵਿੱਚ ਡੇਰਾ ਕਨੈਕਸ਼ਨ ਸਾਹਮਣੇ ਆਇਆ ਸੀ ਜਿਹਦੇ ਵਿੱਚ ਇੱਕ ਤਾਂ ਉਹ ਵਿਅਕਤੀ ਦੀ ਮੌਤ ਹੋਈ ਸੀ ਜਿਹੜਾ ਪਿੰਡ ਬੁਰਜ ਜਵਾਰ ਸਿੰਘ ਵਾਲੇ ਰਹਿੰਦਾ ਸੀ ਉਸ ਤੋਂ ਬਾਅਦ ਉਹਦੇ ਵਿੱਚ ਕੁਝ ਲੋਕ ਨਾਮਜ਼ਦ ਕੀਤੇ ਗਏ ਸੀ ਜਿਹੜੀਆਂ ਗੁਰੂਗ੍ਰਾਂਦ ਸਾਹਿਬ ਦੀਆਂ ਘਟਨਾਵਾਂ ਨੇ ਬੇਅਦਬੀ ਦੀਆਂ ਘਟਨਾਵਾਂ ਨੇ ਉਹਦੇ ਵਿੱਚ ਉਹਨਾਂ 'ਚੋਂ ਇੱਕ ਵਿਅਕਤੀ ਦੀ ਮੌਤ ਜੇਲ੍ਹ 'ਚ ਹੁੰਦੀ ਹੈ ਕਤਲ ਹੁੰਦਾ ਮੌਤ ਵੀ ਨਹੀਂ ਔਰ ਉਸ ਕਤਲ ਨੂੰ ਕਈ ਲੋਕਾਂ ਨੇ ਕਈ ਤਰੀਕਿਆਂ ਨਾਲ ਦੇਖਿਆ ਕਿ ਜਿਹੜੇ ਸੂਤਰਧਾਰ ਸੀ ਕਿਤੇ ਉਹਨਾਂ ਨੇ ਤਾਂ ਨਹੀਂ ਇਹ ਮਰਵਾਤਾ ਜੇ ਉਸ ਦੀ ਉਸ ਸ਼ਮੂਲੀਅਤ ਸੀਗੀ ਔਰ ਇਹ ਗੱਲਾਂ ਕਿਤੇ ਨਾ ਕਿਤੇ ਸੱਚ ਵੀ ਹੋ ਸਕਦੀਆਂ ਝੂਠ ਵੀ ਹੋ ਸਕਦੀਆਂ ਕਿਆਸਰਾਈਆਂ ਵੀ ਹੋ ਸਕਦੀਆਂ ਪਰ ਸਵਾਲ ਅੱਜ ਵੀ 5 ਸਾਲਾਂ ਬਾਅਦ ਵੀ ਉੱਥੇ ਹੀ ਖੜਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੋਈ ਹੈ ਕਰਾਈ ਕਿਹਨੇ ਆ ਘਣੀ ਮਿਥੀ ਸਾਜ਼ਿਸ਼ਾਂ ਬਖਵ ਕਥਾਾਂ ਮਾਤੇ ਘਟਨਾਵਾਂ ਹੋਈਆਂ ਉਹ ਦੋਸ਼ੀ ਕੌਣ ਨੇ ਕਦੋਂ ਲੱਭਣਗੇ ਕਦੋਂ ਉਹਨਾਂ ਨੂੰ ਸੁਜਾਵਾਂ ਹੋਣਗੀਆਂ ਕਦੋਂ ਇਹ ਲੱਗੂਗਾ ਕਿ ਜਾਂਚ ਨਿਰਪੱਖ ਹੋਊਗੀ